ਤਾਰੀਖੀ ਸਰੋਤਿਆਂ ਨੂੰ ਦੀਆਂ ਨੂੰ ਜੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬੇਗਾਨੀ ਔਰਤ ਨਾਲ ਘੁਮਦਾ ਫੜ ਲਿਆ ਪਤੀ ਵਿੱਚ ਬਾਜ਼ਾਰ ਦੇ ਸੱਬ ਦੇ ਸਾਹਮਣੇ ਪੱਟ ਤੇ ਜੂੰਡੇ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਨੇ ਹਾਂ ਜੀ ਉਹ ਤਸਵੀਰਾਂ ਨੇ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਗਾ ਪਾ ਦਿੱਤਾ ਸੀਗਾ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿਉਂ ਕਿ ਕਿਉਂਕਿ ਬੇਗਾਨੀ ਔਰਤ ਦੇ ਨਾਲ ਘੁੰਮਦਾ ਫੜ ਲਿਆ ਪਤੀ ਬਾਜ਼ਾਰ ਤੇ ਵਿੱਚ ਪਤਨੀ ਨੇ ਜੂੰਡੇ ਪਾ ਦਿੱਤੇ ਬੇਗਾਨੀ ਔਰਤ ਦੇ ਇਸ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ ਇਹ ਪਤਾ ਹੋਣ ਦੇ ਬਾਵਜੂਦ ਫਿਰ ਵੀ ਕੁਝ ਲੋਕ ਗਲਤ ਕੰਮ ਕਰਦੇ ਨੇ ਤੇ ਇੱਕ ਨਾ ਇੱਕ ਦਿਨ ਤਾਂ ਸਚਾਈ ਦੁਨੀਆ ਦੇ ਸਾਹਮਣੇ ਆ ਜਾਂਦੀ ਇਸ ਇਲੇ ਅੰਤ ਸਮੇਂ ਅਜਿਹੇ ਲੋਕਾਂ ਕੋਲੇ ਪਛਤਾਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਸੜਕ ਦੇ ਵਿੱਚ ਦੋ ਔਰਤਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਹ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਦੋਵੇਂ ਔਰਤਾਂ ਵੱਲੋਂ ਇੱਕ ਦੂਜੇ ਨੂੰ ਆਪਸ ਸ਼ਬਦ ਵਰਤੇ ਗਏ ਇੱਕ ਦੂਜੇ ਦੀ ਖਿੱਚ ਤੂਗੀਤੀਗੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸੀ ਜਿਸ ਤੇ ਚੱਲਦਿਆਂ ਉਹਨਾਂ ਨੂੰ ਪਰਸੋਂ ਜਾਣਕਾਰੀ ਮਿਲੀ ਉਹਨਾਂ ਦਾ ਪਤੀ ਕਿਸੇ ਔਰਤ ਨਾਲ ਅਮਰਤਸਰ ਰਾਤ ਰਹਿ ਕੇ ਆਇਆ ਜਿਸ ਤੋਂ ਬਾਅਦ ਉਹ ਆਪਣੇ ਪਤੀ ਦਾ ਪਿੱਛਾ ਕਰ ਰਹੀ ਸੀ ਪਿੱਛਾ ਕਰਨ ਦੇ ਉਪਰੰਤ ਦੋਵਾਂ ਨੂੰ ਰੰਗੇ ਹੱਥੀ ਫੜ ਲਿਆ ਫੜੇ ਜਾਣ ਤੇ ਉਹਨਾਂ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ ਉਹ ਔਰਤ ਉਹਨਾਂ ਨਾਲ ਖਿੱਚ ਤੋ ਕਰਨ ਲੱਗੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਨੇ ਉਹਨਾਂ ਉੱਤੇ ਤਲਾਕ ਦਾ ਪਰਚਾ ਵੀ ਦਰਜ ਕਰਵਾਇਆ ਹੋਇਆ ਹੈ ਪਰ ਅਸਲ ਗੱਲ ਹੈ ਕਿ ਉਹਨਾਂ ਦਾ ਪਤੀ ਉਸ ਔਰਤ ਦੇ ਪਿੱਛੇ ਉਹਨਾਂ ਨੂੰ ਤਲਾਕ ਦੇ ਰਿਹਾ ਪਰ ਅਜੇ ਉਹਨਾਂ ਦਾ ਪਤੀ ਉਹਨਾਂ ਨਾਲ ਇਹ ਰਹਿ ਰਿਹਾ ਹੈ ਤੇ ਉਹਨਾਂ ਦੀ ਇੱਕ 14 ਸਾਲ ਦੀ ਲੜਕੀ ਹੈ ਜੋ ਦਿਲ ਦੀ ਮਰੀਜ਼ਾਂ ਤੇ ਇੱਕ 5 ਸਾਲ ਦਾ ਲੜਕਾ ਵੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਨੇ ਉਸ ਔਰਤ ਦਾ ਘਰ ਵੀ ਬਣਾਇਆ ਹੈ ਇਸ ਲਈ ਉਸ ਔਰਤ ਨਾਲ ਉਸਨੇ ਝੂਠਾ ਪਰਚਾ ਦਰਜ ਕਰਵਾ ਦਿੱਤਾ। ਉਹ ਉਹਨਾਂ ਦੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਔਰਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਉਸਨੇ ਕਿਹਾ ਕਿ ਉਸਦੇ ਪਤੀ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ। ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤਾਂ